ਅੰਦਰ ਤਾਂ ਬੈਠ ਕੇ ਤਾਇਆ ਬਾਹਲਾ ਹੀ ਵਧੀਆ ਲੱਗ ਰਿਹਾ, ਤਾਂ ਮੌਸਮ ਇੱਥੇ ਹੁਣ ਨਿੱਘਾ ਜਿਹਾ ਆਇਆ ਮਾੜਾ ਜਿਹਾ, ਬਾਹਰ ਤਾਂ ਐਨ ਪੂਰਾ ਕੜਮਾਸ ਮਚਾਇਆ ਪਿਆ ਆ ਭਾਈ, ਬੱਦਲ ਵੀ ਇੱਦਾਂ ਗੱਜਦਾ ਬਾਹਰ, ਬਸ ਰੱਬ ਖੈਰ ਰੱਖੇ ਹੁਣ। ਸਹੀ ਗੱਲ ਹੈ, ਪਿਛਲੇ ਹਫ਼ਤੇ ਕਿੱਥੇ ਸੀਗਾ? ਪਿਛਲੇ ਹਫ਼ਤੇ ਮੇਰੀ ਸਿਹਤ ਡਾਊਨ ਸੀ ਥੋੜ੍ਹੀ ਜਿਹੀ, ਤਾਂ ਮੇਰਾ ਬੋਲ ਜਿਹਾ ਬੈਠਾ ਹੁਣ ਵੀ ਤੂੰ ਦੇਖਦਾ ਹੁਣ, ਅਤੇ ਪਤਾ ਨਹੀਂ ਫਲੂ ਫਲਾ ਜਿਹਾ ਹੋ ਗਿਆ, ਮੈਂ ਤਾਂ ਸੋਚਦਾ ਸੀ ਕੋਵਿਡ ਹੋ ਗਈ ਆ, ਪਰ ਡਾਕਟਰ ਕੋਲ ਗਿਆ ਸੀ ਕਹਿੰਦਾ ਵੀ ਨਹੀਂ ਕੋਵਿਡ ਨਹੀਂ ਹੋਈ, ਉੱਦਾਂ ਕਹਿੰਦਾ ਵਾਇਰਸ ਜੀ ਹੋਈ ਆ ਕੋਈ ਤੈਨੂੰ, ਹੁਣ ਅੱਜ ਠੀਕ ਆ, ਮੈਂ ਹੁਣ ਮੋੜ ਪੈਣ ਲੱਗਾ ਹੁਣ 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 ਫਰਕ ਪੈਂਦਾ, ਮੌਸਮ ਬਦਲਦਾ ਪਿਆ ਜੀ ਉਹਦੇ ਕਰਕੇ, ਉਹਦੇ ਕਰਕੇ ਹੀ ਆ ਇਹਦੇ। ਹੁਣ ਮੀਂਹ ਦੇਖਿਆ ਕਿਵੇਂ ਬਾਹਰ, ਉਹੀ ਹਨੇਰੀ ਪਈ ਵੀ ਆ, ਦਰਖਤ ਡਾਲੇ ਟੁੱਟਣ ਨੂੰ ਫਿਰਦੇ ਬਾਹਰ, ਮੈਂ ਉਹੀ ਕਹਿ ਰਿਹਾ ਜੀ ਕਿੱਦਾਂ ਐਨ ਪੂਰੇ ਖਿੱਚੀ ਜਾਂਦੀ ਆ ਹਵਾ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਬੁਰਾ ਹਾਲ ਆ ਜੀ ਇਹਦਾ। ਚੱਲ ਚੱਲ ਬਾਤ ਸੁਣਾ ਦਿੰਦੇ, ਤਾਇਆ ਤੂੰ ਕੋਈ ਜੰਗਲ ਦੀ ਬਾਤ ਸੁਣਾ, ਮੈਂ ਮੇਰਾ ਮਨ ਆ ਜੰਗਲ ਦੀ ਬਾਤ ਸੁਣਨੀ, ਆਹੋ ਬਾਹਰ ਦਰਖਤ ਟੁੱਟਦੇ ਹੋਏ ਦੇਖ। ਅੱਛਾ ਵੀ ਜਦੋਂ ਇਹ ਕਹਿੰਦਾ ਬਾਤ ਮੈਂ ਤੁਹਾਨੂੰ ਸੁਣਾਉਣੀ ਸੀ ਠੂਠੀ ਦੀ, ਚੱਲ ਤੁਹਾਨੂੰ ਮੈਂ ਜੰਗਲ ਦੀ ਰਾਣੀ ਦੀ ਬਾਤ ਸੁਣਾਉਣਾ, ਬਾਤ ਦਾ ਨਾਂ ਆ ਜੰਗਲ ਦੀ ਰਾਣੀ। ਅੱਛਾ ਕੀ ਹੋਇਆ, ਇੱਕ ਮੱਧ ਪ੍ਰਦੇਸ਼ ਜਿੱਦਾਂ ਆਪਣਾ ਨਾ, ਉਸ ਸਮੇਂ ਦਾ ਰਾਜਾ ਸੀ ਕੋਈ ਉੱਥੇ, ਜਨਮੇਜਾ ਉਹਦਾ ਨਾਂ ਸੀ, ਕਹਿੰਦਾ ਚੰਗਾ ਰਾਜਾ ਸੀ, ਪੰਜ ਉਹਦੀਆਂ ਰਾਣੀਆਂ ਸੀ, ਦੋ ਉਹਦੇ ਪੁੱਤ ਸੀ, ਤਾਂ ਪਬਲਿਕ ਲਈ ਚੰਗਾ ਸੀ, ਬਹੁਤ ਵਧੀਆ ਪਿਆਰ ਪਿਓ ਕਰਦਾ, ਲੋਕ ਉਹਨੂੰ ਲਾਇਕ ਕਰਦੇ ਪਸੰਦ ਕਰਦੇ ਸੀ, ਤਾਂ ਉਹ ਸ਼ਿਕਾਰਪੁਰ ਬਹੁਤ ਖੇਡਦਾ ਹੁੰਦਾ ਸੀ, ਉਹਨੇ ਤੀਜੇ ਕੁ ਦਿਨ ਕੋਈ ਜੰਗਲ ਉੱਧਰ ਜ਼ਿਆਦਾ ਸੀ, ਹੁਣ ਘੋੜੇ ਘਾੜੇ ਚੱਕਣੇ ਨਾਲ ਆਪਣੇ ਸਾਥੀ ਲੈਣੇ, ਕੋਈ ਫੌਜੀ ਲੈਣੇ, ਤਾਂ ਸ਼ਿਕਾਰ ਖੇਡਣ ਚੱਲ ਜਾਣਾ। ਇੱਕ ਦਿਨ ਖੇਡਦੇ 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 ਸ਼ਿਕਾਰ ਖੇਡਦੇ ਬਹੁਤ ਦੂਰ ਨਿਕਲ ਗਏ, ਉੱਥੇ ਰਾਤ ਪੈ ਗਈ, ਉੱਥੇ ਉਹ ਠਹਿਰ ਗਏ, ਦੂਜੇ ਦਿਨ ਉੱਠੇ, ਚੱਲ ਕਹਿੰਦੇ ਹੁਣ ਇੱਦਾਂ ਜਦੋਂ ਆਏ ਥੋੜ੍ਹੇ ਹੋਰ ਨਾਲ ਗਾਂਹ ਚੱਲ ਜਾਂਦੇ ਹਾਂ, ਥੋੜ੍ਹੇ ਗਾਂਹ ਚਲੇ ਗਏ ਤਾਂ ਕਿ ਨਦੀ ਆਈ ਛੋਟੀ ਜਿਹੀ ਨਦੀ, ਉਹ ਨਦੀ ਵੱਲ ਕਹਿੰਦੇ ਚੱਲਦੇ ਹਾਂ, ਘੋੜੇ ਮੋੜ ਲਿਆ ਉਹਨਾਂ ਨੂੰ ਨਦੀ ਵੱਲ ਨੂੰ, ਉੱਥੇ ਗਏ ਤਾਂ ਕੀ ਦੇਖਦੇ ਆ, ਇੱਕ ਨਦੀ ਦੇ ਵਿੱਚ ਕੋਈ ਔਰਤ ਨਹਾ ਰਹੀ ਆ। ਅੱਛਾ, ਹਾਂ ਵਿੱਚ ਜੰਗਲ, ਨਾ ਕੋਈ ਬੰਦਾ ਨਾ ਕੋਈ ਪਰਿੰਦਾ, ਉਹ ਉੱਥੇ ਆਈ ਆ। ਜਦੋਂ ਉੱਥੇ ਪਹੁੰਚ ਗਿਆ ਤਾਂ ਉਹਨੇ ਆਪਣੇ ਇੱਕ ਦੂਜੇ ਕਰਮਚਾਰੀ ਨੂੰ ਕਿਹਾ ਵੀ ਉਹਦਾ ਬਿਗਲ ਜਿਹਾ ਆਉਂਦਾ, ਬਿਗਲ ਵਜਾ। ਉਹਨੇ ਬਿਗਲ ਵਜਾਇਆ, ਉਹਦੀ ਕੁੜੀ ਸੀ ਉੱਥੇ ਨਹਾਉਂਦੀ ਸੀ, ਉਹਨੂੰ ਸੁਣ ਪਿਆ, ਹੁਣ ਪਿੱਛੇ ਮੁੜ ਕੇ ਦੇਖਿਆ ਤਾਂ ਉਹਨੂੰ ਉਸੇ ਵੇਲੇ ਇਸ਼ਾਰਾ ਕੀਤਾ ਵੀ ਮੇਰੇ ਤਾਂ ਕੱਪੜੇ ਹੈ ਨਹੀਂ, ਵੀ ਤੁਸੀਂ ਇੱਦਾਂ ਕਰੋ ਪਿੱਛੇ ਜਾਓ ਜਾਂ ਮੂੰਹ ਪਰੇ ਨੂੰ ਕਰੋ, ਮੈਂ ਤਾਂ ਕਿ ਆਪਣੇ ਕੱਪੜੇ ਪਾ ਲਵਾਂ। ਉਹਨਾਂ ਨੇ ਮੂੰਹ ਪਰੇ, ਰਾਜੇ ਨੇ ਹੁਕਮ ਦਿੱਤਾ ਸਾਰਿਆਂ ਨੇ ਮੂੰਹ ਪਰੇ ਨੂੰ ਕਰ ਲਏ, ਤਾਂ ਉਹਨੇ ਆਪਣੀ ਬਾਹਰ ਨਿਕਲੀ, ਮਗ ਦਾਣੀ ਤੈਨੂੰ ਕੱਪੜੇ ਪਾ ਲਏ। ਕੱਪੜੇ ਪਾ ਕੇ ਬਾਹਰ ਜਦੋਂ ਆਉਂਦੀ ਆ, ਉਹਦੇ ਵੱਲ ਦੇਖ ਕੇ ਰਾਜਾ ਹੱਕਾ ਬੱਕਾ ਰਹਿ ਗਿਆ, ਇੰਨੀ ਸੁੰਦਰ, ਇੰਨੀ ਸੋਹਣੀ ਦੇਖ ਕੇ ਉਹਨੂੰ ਯਕੀਨ ਆਵੇ ਵੀ ਕੋਈ ਬੰਦਾ ਜਾਂ ਕੋਈ ਇੰਨੀ ਔਰਤ ਇੰਨੀ ਵੀ ਸੋਹਣਾ ਹੋ ਸਕਦਾ। ਉਹਦੀਆਂ ਅੱਖਾਂ ਉੱਦਾਂ ਹੀ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਉਹਨੂੰ ਪੁੱਛਣ ਲੱਗੇ ਵੀ ਤੂੰ ਕੌਣ ਆ, ਵੀ ਜੰਗਲ ਦੇ ਵਿੱਚ ਨਾ ਇੱਥੇ ਕੋਈ ਬੰਦਾ ਨਾ ਲਾਗੇ ਛਾਗੇ ਪਿੰਡ, ਅਸੀਂ ਵੀ ਕੁਦਰਤੀ ਤਾਂ ਆ ਗਏ ਕਰਕੇ ਸਾਨੂੰ ਨੇਰਾ ਹੋ ਗਿਆ ਸੀਗਾ, ਵੀ ਤੂੰ ਇੱਥੇ ਕੀ ਕਰਦੀ ਆ? ਉਹ ਕਹਿੰਦੀ ਮਹਾਰਾਜ ਮੈਂ ਤਾਂ ਇੱਥੇ ਰਹਿੰਦੀ ਹਾਂ। ਤੂੰ ਰਹਿੰਦੀ ਆ, ਤੂੰ ਇੱਥੇ ਕਿਹਦੇ ਨਾਲ ਰਹਿੰਦੀ ਆ? ਕੋਈ ਤੇਰਾ ਟੱਬਰ, ਤੇਰੇ ਮਾਂ ਬਾਪ, ਕੋਈ ਭੈਣ ਭਰਾ? ਕਹਿੰਦੀ ਮਹਾਰਾਜ ਕੋਈ ਨਹੀਂ, ਮੈਂ ਇਕੱਲੀ ਰਹਿੰਦੀ ਹਾਂ। ਹੈਰਾਨ ਹੋਏ ਮੰਤਰੀ, ਪੁੱਛਦਾ ਤੂੰ ਇਕੱਲੀ ਕਿੱਦਾਂ ਰਹਿ ਸਕਦੀ ਹੈ ਵੀ ਇੰਨੇ ਜੰਗਲ ਦੇ ਵਿੱਚ? ਖੂੰਖਾਰ ਇੱਥੇ ਜਾਨਵਰ, ਪੰਛੀ, ਹਾਥੀ, ਉੱਥੇ ਸ਼ੇਰ, ਬਘਿਆੜ, ਰਿਛ ਤੁਰੇ ਫਿਰਦੇ, ਤੂੰ ਇਕੱਲੀ ਕਿੱਦਾਂ ਰਹਿ ਸਕਦੀ ਹੈ? ਉਹ ਕਹਿੰਦੀ ਮਹਾਰਾਜ ਮੈਂ ਤਾਂ ਬਹੁਤ ਚਿਰ ਤੋਂ ਛੋਟੀ ਹੁੰਦੀ ਰਹਿੰਦੀ ਹਾਂ, ਤੇਰੇ ਮਾਪੇ ਕਿੱਥੇ ਆ? ਕਹਿੰਦੀ ਹੈ ਨਹੀਂ। ਫਿਰ ਤੂੰ ਇੱਥੇ ਆਈ ਕਿੱਦਾਂ? ਕਹਿੰਦੀ ਮਹਾਰਾਜ ਮੈਂ ਬਹੁਤ ਛੋਟੀ ਸੀ, ਮੈਨੂੰ ਯਾਦ ਆ
ਅਸੀਂ ਇੱਕ ਕਿਸ਼ਤੀ ਦੇ ਵਿੱਚ ਸਵਾਰ ਇੱਧਰ ਨੂੰ ਆ ਰਹੇ ਸੀ, ਲੰਘ ਰਹੇ ਸੀ, ਤਾਂ ਬਹੁਤ ਵੱਡਾ ਤੂਫਾਨ ਆਇਆ ਜਿੱਦਾਂ ਹੁਣ ਚੱਲਣ ਡਿਆ ਆ, ਤੂਫਾਨ ਆਇਆ, ਉਹ ਤੂਫਾਨ ਦੇ ਵਿੱਚ ਕਿਸ਼ਤੀ ਉਲਟ ਗਈ, ਜਿਹਦੇ ਵਿੱਚ ਬਹੁਤ ਸਾਰੇ ਜਿੰਨੇ ਵੀ ਲੋਕ ਸੀ ਉਹ ਸਾਰੇ ਡੁੱਬ ਕੇ ਮਰ ਗਏ। ਮੇਰੀ ਮਾਂ ਵੀ ਉਹਦੇ ਵਿੱਚ ਡੁੱਬ ਕੇ ਮਰ ਗਈ, ਪਰ ਮੇਰਾ ਬਾਪ ਮੈਨੂੰ ਬਚਾ ਕੇ ਬਾਹਰ ਲਾਇਆ ਆ, ਮੈਂ ਤਾਂ ਮੇਰੇ ਬਾਪ ਅਸੀਂ ਦੋਨੋਂ ਹੀ ਬੱਚੇ ਉਹਦੇ ਵਿੱਚੋਂ। ਫਿਰ ਅਸੀਂ ਉਦੋਂ ਦੇ ਇੱਥੇ ਰਹਿੰਦੇ ਹਾਂ, ਉਦੋਂ ਤੋਂ ਮੈਂ ਰਹਿੰਦੀ ਇੱਥੇ। ਕਹਿੰਦੇ ਫਿਰ ਬਾਪ ਤੇਰਾ ਕਿੱਥੇ ਆ? ਕਹਿੰਦੀ ਮਹਾਰਾਜ ਕੀ ਦੱਸਾਂ ਮੈਂ, ਐਵੇਂ ਸਾਲ ਖੋਇਆ ਹੋਣਾ, ਇੱਕ ਦਰਖਤ ਉੱਤੇ ਬਹੁਤ ਸੋਹਣਾ ਕੋਈ ਫਲ ਲੱਗਾ ਹੋਇਆ ਸੀ, ਜੰਗਲ ਦਾ ਫਲ ਸੀ ਕੋਈ। ਕਹਿੰਦੀ ਮੈਂ ਜਦ ਕੀਤੀ ਵੀ ਬਾਪੂ ਮੈਂ ਉਹ ਫਲ ਖਾਣਾ। ਕਹਿੰਦੇ ਬਹੁਤ ਥੋੜ੍ਹੇ ਜਿਹੇ ਫਲ ਸੀ ਪਰ ਸੀਗੇ ਬਹੁਤ ਉੱਚੇ। ਕਹਿੰਦੀ ਬਾਪੂ ਮੇਰਾ ਮੈਨੂੰ ਖੁਸ਼ ਕਰਨ ਲਈ ਉੱਪਰ ਚੜ ਗਿਆ ਉਹਦੇ ਦਰਖਤ ਦੇ, ਜਦੋਂ ਚੜ੍ਹਿਆ ਜਦੋਂ ਉਹਨੂੰ ਫਲ ਤੋੜਿਆ ਡਾਣਾ ਟੁੱਟ ਗਿਆ, ਜੋ ਡਾਣਾ ਟੁੱਟਿਆ ਉਹ ਥੱਲੇ ਡਿੱਗਾ, ਤਾਂ ਥੱਲੇ ਸੀ ਪੱਥਰ, ਪੱਥਰੀਲੀ ਜ਼ਮੀਨ ਸੀ, ਉਹਦੇ ਉੱਤੇ ਡਿੱਗਾ ਤਾਂ ਉਹ ਕਹਿੰਦੀ ਡਿੱਗ ਕੇ ਉੱਥੇ ਹੀ ਮਰ ਗਿਆ। ਰਾਜੇ ਹੋਣੀ ਸਾਰੇ ਵਿਚਾਰੇ ਹੋ ਗਿਆ ਹੋਰ ਤਰ੍ਹਾਂ। ਕਹਿੰਦੀ ਉਹ ਫਿਰ ਇੱਦਾਂ ਮਰ ਗਿਆ, ਮੈਂ ਫਿਰ ਉਹਦੀ ਇਕੱਲੇ ਹੀ ਹਾਂ। ਉਹ ਫਿਰ ਪੁੱਛਦੇ ਆ ਵੀ ਮੰਨ ਲੈਂਦੇ ਹਾਂ ਪਰ ਫਿਰ ਵੀ ਇੰਨੇ ਜੰਗਲ 'ਚ ਹੁਣ ਤੈਨੂੰ ਉਮਰ ਪੁੱਛੀ, ਉਮਰ ਤੇਰੀ ਕਿੰਨੀ ਕੁ ਹੋਊਗੀ? ਮੈਨੂੰ ਕਹਿੰਦੀ ਪੱਕਾ ਨਹੀਂ ਪਤਾ, ਪਰ ਹੋ ਸਕਦਾ ਮੇਰੀ 24 ਹੋਵੇ, 20 ਹੋਵੇ, 25 ਹੋਵੇ, ਮੈਨੂੰ ਨਹੀਂ ਪਤਾ ਕਿੰਨੇ ਸਾਲ ਹੋ ਗਏ, ਪਤਾ ਨਹੀਂ। ਕਹਿੰਦੀ ਕਾਫੀ ਸਾਲ ਹੋ ਗਏ, ਹੁਣ ਦੇਖਣ ਨੂੰ ਉਹ 24-25 ਸਾਲ ਦੀ ਲੱਗਦੀ ਸੀ ਰਾਜੇ ਨੂੰ ਵੀ ਇੰਨੀ ਕੁੜੀ ਆ। ਉਹਨੂੰ ਇਕੱਲੀ ਰਹਿੰਦੀ ਨੂੰ ਕਿੰਨੇ ਕੁ ਹੋ ਗਿਆ? ਕਹਿੰਦੀ ਫੇਰ ਹੋ ਗਿਆ ਸਲਾਹ ਵੀ ਇੰਨੇ ਕੁ ਸਾਲ ਹੋ ਗਿਆ ਹੁਣ ਉਹਨੂੰ ਇਕੱਲੀ ਰਹਿੰਦੀ ਨੂੰ। ਵੀ ਕਹਿੰਦੀ ਵੀ ਤੈਨੂੰ ਆਸਰਾ ਕੀ ਹੋਇਆ? ਕਹਿੰਦੀ ਆਸਰਾ ਇੱਦਾਂ ਸੀ, ਇੱਥੇ ਬਿਹਾੜਾ ਦੀ ਬਘਿਆੜਾਂ ਦੀ ਫੈਮਿਲੀ ਰਹਿੰਦੀ ਸੀ, ਜਦੋਂ ਮੇਰਾ ਬਾਪੂ ਜੀਂਦਾ ਸੀ ਉਦੋਂ ਹੀ ਸਾਡੇ ਨਾਲ ਫਿਰਨ ਤੁਰਨ ਲੱਗ ਪਏ ਸੀ, ਬਾਅਦ ਦੀ ਮੈਂ ਕਹਿੰਦੀ ਉਹਨਾਂ ਦੇ ਨਾਲ ਹੀ ਰਹੀ ਹਾਂ। ਉਹ ਜਦੋਂ ਉਹ ਖਾਣਾ ਲਿਆਉਂਦੇ ਸੀ ਮੈਂ ਖਾ ਲੈਂਦੀ, ਜੇ ਮੈਂ ਖਾਣਾ ਲਿਆਉਂਦੀ ਸੀ ਤਾਂ ਉਹ ਖਾ ਲੈਂਦੇ ਸੀ। ਰਾਜਾ ਬੜਾ ਹੈਰਾਨ ਹੋਇਆ, ਮੰਤਰੀ ਤਾਂ ਸ਼ੱਕ ਜਿਹਾ ਕਰਨ ਲੱਗ ਪਿਆ ਵੀ ਕਹਿੰਦਾ ਮੈਨੂੰ ਇਹ ਗੱਲ ਪਚਦੀ ਨਹੀਂ ਵੀ ਆ ਬਾਣ ਜੰਗਲ ਕੱਪੜੇ ਦੇ ਕੋਲ ਹਜੇ ਪਏ ਆ, ਵੀ ਉਹ ਤਾਂ ਪੇਸ਼ਾ ਕੱਪੜਿਆਂ ਦੇ ਕੱਪੜੇ ਸੀ, ਦੂਜੇ ਪੇਪਰ ਪੁਪਰਾਂ ਦੇ ਦੇ ਆਪਣੇ ਪੱਤਿਆਂ ਪੁੱਤਿਆਂ ਦੇ ਵੀ ਕੱਪੜੇ ਦੇ ਕੋਲ ਪਏ ਆ, ਇੰਨੀ ਵੱਡੀ ਹੋ ਚੁੱਕੀ ਆ, ਬੋਲੀ ਇਹ ਬੋਲਦੀ ਆ ਵੀ ਕੁਛ ਦਾਲ 'ਚ ਕਾਲਾ ਕਾਲਾ ਆ। ਹੁਣ ਰਾਜੇ ਨੂੰ ਮਾੜਾ ਜਿਹਾ ਕੰਨ 'ਚ ਕਿਹਾ, ਕਹਿੰਦਾ ਮਹਾਰਾਜ ਆਪਾਂ ਚੱਲੀਏ, ਇਹਨੂੰ ਇੱਥੇ ਛੱਡ ਦਈਏ, ਮੈਨੂੰ ਕੁਛ ਸਹੀ ਨਹੀਂ ਲੱਗਦਾ। ਰਾਜਾ ਕਹਿੰਦਾ ਮੰਤਰੀ ਸਾਹਿਬ ਤੁਸੀਂ ਹਮੇਸ਼ਾ ਹੀ ਬਹੁਤ ਜ਼ਿਆਦਾ ਸ਼ੱਕ ਕਰਦੇ ਆ, ਸਹੀ ਇਹ 'ਚ ਗਲਤ ਦੀ ਕੀ ਗੱਲ ਆ? ਵੀ ਇਹ ਵਿਚਾਰੀ ਕੁੜੀ ਇੱਥੇ ਬੈਠੀ ਆ, ਆਪਾਂ ਇੱਦਾਂ ਕਹਿੰਦੇ ਨਾਲ ਲੈ ਚੱਲਦੇ ਹਾਂ, ਕੋਈ ਰਾਜੇ ਦਾ ਉੱਤੇ ਮਨ ਆ ਗਿਆ ਸੀ। ਉਹਨੂੰ ਪੁੱਛਿਆ ਚੱਲੇਗੀ ਨਾਲ? ਪਹਿਲਾਂ ਨਾਂਹ ਨੁਕਰ ਕਰਦੀ ਰਹੀ, ਫਿਰ ਚਲੋ ਮੰਨ ਗਏ। ਉਹਨੂੰ ਸਾਰੇ ਜਾਣੇ ਨਾਲ ਲੈ ਕੇ ਆਪਣੇ ਰਾਜ ਦੇ ਵਿੱਚ ਆ ਗਏ। ਜੋ ਰਾਜ ਦੇ ਵਿੱਚ ਆ ਗਿਆ ਉਹਨੂੰ 2-4 ਦਿਨ ਉੱਥੇ ਰੱਖਿਆ, ਮੰਤਰੀ ਸ਼ੱਕ ਕਰੀ ਗਿਆ ਕੋਈ ਗਲਤ ਆ ਇਹਦੇ ਵਿੱਚ। ਤਾਂ ਕੁਝ ਦਿਨ ਪਾ ਕੇ ਰਾਜਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਨਾ। ਮੰਤਰੀ ਨਾਰਾਜ਼ ਸੀ ਪਰ ਉਹਦਾ ਵਿਆਹ ਹੋ ਗਿਆ। ਵਿਆਹ ਹੋ ਗਿਆ, ਦਿਨ ਲੰਘਦੇ ਗਏ, ਜਦੋਂ ਤੜਕੇ ਜੇ ਰਾਜੇ ਨੇ ਉੱਠਣਾ ਉਹਨੂੰ ਦੇਖਣਾ ਕਿ ਉਹ ਵਿਸਤ ਵਿੱਚ ਹੈ ਨਹੀਂ। ਅੱਛਾ, ਜੋ ਵਿਸਤ ਵਿੱਚ ਹੈ ਨਹੀਂ ਉਹਨੂੰ ਫਿਰ ਖੜ੍ਹੇ ਉਹ ਦੇਖਣਾ, ਆਵਾਜ਼ ਮਾਰਨੀ ਤਾਂ 5-7 ਮਿੰਟਾਂ 'ਚ ਉਹਨੂੰ ਮੁੜੇ ਆਉਣਾ। ਕਿੱਥੇ ਗਏ ਸੀ? ਬਸ ਮੈਂ ਬਾਗ ਦੀ ਸੈਰ ਕਰਨ ਗਈ ਸੀ, ਬਗੀਚੇ ਬਾਹਰ, ਮੈਨੂੰ ਸੋਹਣਾ ਲੱਗਦਾ ਇਸ ਟਾਈਮ। ਇੱਕ ਦਿਨ ਇੱਦਾਂ ਹੋ, 2 ਦਿਨ ਇੱਦਾਂ ਹੋ, ਹਮੇਸ਼ਾ ਹੀ ਇੱਦਾਂ ਹੋਣੀ, ਹੁਣ ਬਾਹਰ ਚਲ ਜਾਣਾ ਆਪਣੇ ਬਾਗ ਬਗੀਚੇ ਦੇ ਵਿੱਚ। ਤਾਂ ਜੇ ਕਿਤੇ ਰਾਜ ਸੁੱਤਾ ਰਹਿ ਗਿਆ ਤਾਂ ਪਤਾ ਰਾਜ ਰਾਤ ਦੀ ਖਾਧੀ ਪੀਤੀ ਹੁੰਦੀ ਆ,
ਥਲੇੜ ਹੀ ਉੱਠਦੇ ਆ, ਜਿੱਧਰ ਕਿਤੇ ਉਨਾਰਲੀ ਉੱਠਣਾ ਤੋਂ ਦੇਖਣਾ ਉੱਧਰ ਨੂੰ ਹੋਣੀ ਨਹੀਂ। ਫਿਰ ਮੰਤਰੀ ਦੀ ਗੱਲ ਉਹਨੂੰ ਵੀ ਲੱਗਣ ਲੱਗੀ ਵੀ ਕੋਈ ਸਲਾਹ ਗਲਤ ਨਾ ਹੋਵੇ, ਵੀ ਸਮਥਿੰਗ ਇੱਥੇ ਰੋਂਗ ਹੀ ਨਾ ਹੋਵੇ, ਉਹ ਵੀ ਨਿਗਾਹ ਰੱਖਣ ਲੱਗਾ। ਤੇ ਮੰਤਰੀ ਜਿਹੜਾ ਸੀ ਨਾ ਪੁੱਤਰ ਜੀ, ਕਈ ਵਾਰ ਤੁਹਾਨੂੰ ਕਿਸੇ ਬੰਦੇ ਨਾਲ ਨਫ਼ਰਤ ਹੋ ਜਾਂਦੀ ਆ, ਉਹ ਮਾੜਾ ਵੀ ਕੰਮ ਕਰੇ ਤਾਂ ਤੁਹਾਨੂੰ ਲੱਗਦਾ ਵੀ ਉਹ ਗਲਤ ਹੀ ਕੰਮ ਕਰਦਾ। ਉਹ ਮੰਤਰੀ ਏਦਾਂ ਗੱਲ ਲੱਗ ਪਿਆ, ਉਹ ਰੋਜ਼ ਨਿੰਦਿਆ ਚੁਗਲੀ, ਮਹਾਰਾਜ ਇਹਨੂੰ ਆਪਾਂ ਕੱਢ ਦਈਏ, ਮਹਾਰਾਜ ਇਹਨੂੰ ਰੱਖਣਾ ਆਪਾਂ ਕੱਢ ਦਈਏ, ਪਰ ਉਹ ਬਾਕੀ ਗੱਲਾਂ ਸਮਾਰਟ ਬਹੁਤ ਸੀ, ਉਹ ਰਾਜੇ ਦੀ ਮਦਦ ਕਰਨ ਲੱਗ ਪਈ। ਜਦੋਂ ਕਿਸੇ ਦੱਸਣਾ ਇੱਦਾਂ ਕਿਤੇ ਫਲਾਣਾ ਰਾਜਾ ਇੱਦਾਂ ਕਰਦਾ, ਉਹ ਰਾਜੇ ਨੂੰ ਸਲਾਹ ਦੇਣ ਲੱਗ ਪਈ, ਉਹ ਸਲਾਹਾਂ ਸਹੀ ਨਿਕਲਣੀਆਂ, ਰਾਜਾ ਉੱਤੇ ਖੁਸ਼ ਹੋ ਗਿਆ, ਜਿੰਨਾ ਰਾਜਾ ਉੱਤੇ ਖੁਸ਼ ਹੋ ਗਿਆ ਉਹਨਾਂ ਵਜ਼ੀਰ ਉੱਤੇ ਖਿਜ ਗਿਆ। ਇੱਕ ਦਿਨ ਕੀ ਹੁੰਦਾ, ਰਾਜੇ ਦੋ ਸਾਹਿਬਜ਼ਾਦੇ ਹੁੰਦੇ ਆ, ਇੱਕ ਸਾਹਿਬਜ਼ਾਦਾ ਪਤਾ ਹੀ ਲੱਗਿਆ ਕਿੱਥੇ ਚਲ ਗਿਆ, ਉਹ ਲੱਭਾ ਹੀ ਨਹੀਂ, ਵੈਨਿਸ਼ ਹੀ ਹੋ ਗਿਆ। ਵਜ਼ੀਰ ਨੇ ਚੱਕਿਆ, ਮਹਾਰਾਜ ਇਸ ਕੁੜੀ ਦੇ ਕੰਮ ਆ, ਤੁਹਾਡੀ ਰਾਣੀ ਦੇ ਕੰਮ ਆ। ਉਹ ਕਹਿੰਦੇ ਬਾਦਸ਼ਾਹ ਕਹਿੰਦਾ ਵੀ ਇਹਦਾ ਕੀ ਕੰਮ ਹੋ ਸਕਦਾ, ਹੈ ਨਾ। ਰਾਜਾ ਚੰਗਾ ਸੀ, ਸੋਚਦਾਰ ਸੀ, ਸਮਝਦਾਰ ਸੀ, ਉਹ ਮੰਨੇ ਨਹੀਂ। ਕੁਛ ਦਿਨ ਲੰਘੇ ਤਾਂ ਦੂਜਾ ਪੁੱਤ ਆ, ਉਹ ਵੀ ਲਾਪਤਾ ਹੋ ਗਿਆ। ਰਾਜਾ ਫਿਰ ਹੈਰਾਨ ਵੀ ਹੁਣ ਸਾਰੇ ਦੇਖੋ ਦਵਾਈ ਸਾਰੇ ਪਾਸੇ ਬੰਦੇ ਭੇਜ ਦਿੱਤੇ, ਉਹ ਸਾਹਿਬਜ਼ਾਦਾ ਉਹ ਵੀ ਨਹੀਂ ਮਿਲਿਆ, ਰਾਜੇ ਨੂੰ ਸ਼ੱਕ ਪੈਣ ਲੱਗ ਪਈ। ਫਿਰ ਇੱਕ ਦਿਨ ਕੀ ਹੋਇਆ, ਤੜਕਾ ਵੱਡਾ ਤੜਕਾ, ਅਤੇ ਵਜ਼ੀਰ ਜਿਹੜਾ ਵਜ਼ੀਰ ਸੀ ਅਸਲ 'ਚ ਰਾਜੇ ਦਾ, ਉਹ ਥੋੜ੍ਹਾ ਚਲਾਕ ਸੀ, ਉਹਨੇ ਜਿਹੜਾ ਨਾਲ ਦਾ ਰਾਜਾ ਸੀ ਨਾ, ਉਹਨੇ ਰਾਜ ਦਾ ਗੁਆਂਢੀ ਰਾਜਾ, ਉਹਨੇ ਵਜ਼ੀਰ ਨੂੰ ਗੰਢ ਲਿਆ ਵੀ ਜੇ ਤੂੰ ਮੇਰੇ ਨਾਲ ਰਲ ਕੇ ਰਾਜੇ ਨੂੰ ਆਪਾਂ ਹਟਾ ਦਈਏ ਰਾਜ ਤੋਂ, ਤਾਂ ਮੈਂ ਤੈਨੂੰ ਇੱਥੇ ਦਾ ਇੰਚਾਰਜ ਬਣਾ ਦਊਂ, ਵੀ ਤੂੰ ਮੈਨੂੰ ਖੁਰਾਜ ਦੇਣਾ ਜਿੰਨਾ ਸਾਲ ਦਾ ਦਿੰਦੇ ਹੁੰਦੇ ਨਾ, ਤਾਂ ਮੈਂ ਰਾਜਾ ਤੈਨੂੰ ਮੈਂ ਬਣਾ ਦਊਂ ਇੱਥੇ ਦਾ। ਤਾਂ ਉਹ ਵੀ ਕੋਈ ਭਾਲਦਾ ਸੀ ਬਹਾਨਾ, ਉਹ ਬਾਹਰ ਨਿਕਲਿਆ ਸੀ ਕਿਤੇ ਮਿਲਣ ਗਿਆ ਸੀ ਉਹਨਾਂ ਨੇ ਕਿਸੇ ਸੂਏ ਸਾਈਏ ਨੂੰ ਬਾਹਰ ਤੜਕੇ, ਵੱਡੇ ਤੜਕੇ, ਤੂੰ ਕੀ ਦੇਖਦਾ, ਜਿਹੜੀ ਉਹ ਰਾਣੀ ਆ ਕੁੜੀ ਆ, ਉਹ ਇੱਕ ਮੁਰਦਾ ਪਿਆ, ਉਹਦਾ ਹੱਥ ਫੜ ਕੇ ਮੂੰਹ 'ਚ ਪਾਇਆ ਖਾਣ ਰਹੀ ਆ। ਅੱਛਾ, ਉਹਨੂੰ ਕੱਚਾ ਮਾਸ ਖਾਣ ਦੀ ਆ, ਉਹ ਉੱਥੋਂ ਭੱਜਾ। ਜਦੋਂ ਭੱਜਾ ਉਹਨੂੰ ਦੇਖ ਲਿਆ, ਉਹਨਾਂ ਆ ਕੇ ਮਹਾਰਾਜ ਨੂੰ ਹੋਰ ਵੀ ਵੱਡੀ ਤੋਂ ਵੱਡੀ, ਮਹਾਰਾਜ ਇਹ ਜਿਹੜੀ ਔਰਤ ਹੈ ਬੰਦੇ ਖਾਂਦੀ ਆ, ਤੁਹਾਨੂੰ ਮੈਂ ਦੱਸਿਆ ਸੀ ਨਾ ਰੱਖੋ, ਇਹ ਤੁਹਾਡੇ ਸਾਹਿਬਜ਼ਾਦ ਦੋਨੋਂ ਇੰਨੀ ਖਾਧੇ ਆ। ਰਾਜਾ ਤਾਂ ਭੰਬਾ ਭੂਸਾ ਪੈਕ ਹੋ ਗਿਆ ਪੰਗਤ, ਜਿੱਦਾਂ ਲੜਨ ਨੂੰ ਤਿਆਰ, ਮਰਨ ਮਾਰਨ ਨੂੰ ਤਿਆਰ, ਉਹਨੂੰ ਸੱਦ ਲਿਆ ਉਸ ਵੇਲੇ ਉੱਥੇ, ਕਹਿੰਦੇ ਵੀ ਤੂੰ ਬੰਦਿਆਂ ਦਾ ਮੀਟ ਖਾਂਦੀ ਆ। ਕਹਿੰਦੀ ਮਹਾਰਾਜ ਮੈਂ ਬੰਦਿਆਂ ਦਾ ਮੀਟ ਨਹੀਂ ਖਾਂਦਾ, ਖਾਂਦੀ ਮੈਂ ਕਿੱਦਾਂ ਕਿੱਦਾਂ ਖਾ ਸਕਦੀ ਹਾਂ, ਕਹਿੰਦੇ ਤੈਨੂੰ ਦੇਖਿਆ ਗਿਆ, ਕਹਿੰਦੇ ਦੇਖਾਂ ਮੈਨੂੰ ਗਲਤ ਫਹਿਮੀ ਹੋਈ ਆ। ਮੰਤਰੀ ਕਹਿੰਦਾ ਮੈਂ ਤੈਨੂੰ ਉੱਥੇ ਬੰਦੇ ਦੇ ਹੱਥ ਖਾਂਦੇ ਨੂੰ ਦੇਖਿਆ, ਸਵੇਰੇ ਮੈਂ ਉੱਥੇ ਸੀ ਤੜਕੇ ਜਦੋਂ ਮੀਟ ਖਾਂਦੇ ਬੰਦੇ ਨੂੰ ਖਾਂਦੀ ਸੀ। ਉਹ ਕਹਿੰਦੀ ਮਹਾਰਾਜ ਮੈਂ ਇੱਕ ਬੰਦਾ ਨਹੀਂ ਸੀ ਖਾਂਦੀ। ਹੁਣ ਉੱਥੇ ਗੱਲ ਹੋਰ ਸੀ ਪੰਗਾ, ਜਿਹੜੇ ਜਾਦੂਗਰ ਸੀ ਨਾ ਬੁੜੀਆਂ, ਜੋ ਜਾਦੂਗਰ ਦੀਆਂ ਫੜ ਹੋ ਜਾਂਦੀਆਂ ਸੀਗੀਆਂ, ਤਾਂ ਉਸ ਰਾਜੇ ਦਾ, ਰਾਜਾਂ ਦਾ ਇਹ ਹੁੰਦਾ ਸੀ ਕਿ ਪੁਰਾਣੇ ਸਮਿਆਂ 'ਚ ਉਹਨੇ ਲੂੰਹਦੇ ਸੀ, ਲੂ ਕੇ ਮਾਰ ਦਿੰਦੇ ਸੀ। ਹੁਣ ਉਹ ਦੱਸ ਨਹੀਂ ਸਕਦੀ ਸੀ ਕਿ ਮੈਨੂੰ ਜਾਨਵਰਾਂ ਦੀ ਭਾਸ਼ਾ ਸਮਝ ਆਉਣੀ ਆ ਆਉਂਦੀ ਆ। ਹੋਇਆ ਕਿ ਸਵੇਰ ਨੂੰ ਜੋ ਬਾਹਰ ਜਾਂਦੀ ਸੀ ਉਹ ਜਾਨਵਰਾਂ ਨਾਲ ਗੱਲਾਂ ਕਰਨ ਜਾਂਦੀ ਹੁੰਦੀ ਸੀ, ਸਵੇਰ ਨੂੰ ਤੜਕੇ ਜਾਨਵਰ ਬੋਲਦੇ ਨਾ ਉੱਠਦੇ ਸਰ,
ਉਹਨਾਂ ਗੱਲਾਂ ਕਰਨ ਜਾਂਦੀ ਹੁੰਦੀ ਸੀ ਜੰਗਲ ਦੇ ਵਿੱਚ, ਉਹਨਾਂ ਗੱਲਾਂ ਕਰਦੀ ਸੀ, ਉਹ ਗੱਲਾਂ ਕਰਨ ਜਾਂਦੀ ਹੁੰਦੀ ਸੀ। ਇੱਕ ਦਿਨ ਇੱਕ ਪੰਛੀ ਨੂੰ ਦੱਸਿਆ ਵੀ ਇੱਕ ਬੰਦਾ ਬਹੁਤ ਵੱਡਾ ਵਪਾਰੀ ਸੀ, ਉਹ ਮਰ ਗਿਆ, ਉਹਦੀ ਲਾਸ਼ ਰੂੜੀ ਆ ਰਹੀ ਆ, ਕੱਲ੍ਹ ਤੱਕ ਇੱਥੇ ਪਹੁੰਚਣੀ ਸਵੇਰ ਨੂੰ। ਉਹਦੀ ਉਂਗਲੀ ਦੇ ਵਿੱਚ ਬਹੁਤ ਹੀ ਮਹਿੰਗਾ ਕਰੋੜਾਂ ਦਾ, ਕਰੋੜਾਂ ਦੀ ਮੁੰਦੀ ਆ, ਉਹਦੇ ਵਿੱਚ ਹੀਰਾ ਲੱਗਾ ਹੋਇਆ ਆ, ਵੀ ਜੇ ਤੁਸੀਂ ਜਾ ਸਕਦੇ ਘਰ ਨੂੰ ਲਾ ਲਓ। ਤਾਂ ਉਹ ਚੱਲ ਗਈ। ਹੁਣ ਜਦੋਂ ਉਂਗਲੀਆਂ ਮੂੰਹ ਪਾ ਕੇ ਲਾਉਣ ਲੱਗੀ ਤਾਂ ਮੰਤਰੀ ਇਹਨਾਂ ਨੂੰ ਦੇਖ ਲਿਆ, ਹੈ ਨਾ। ਹੁਣ ਜਦੋਂ ਦੱਸਦੀ ਆ ਵੀ ਮੈਨੂੰ ਜਾਨਵਰਾਂ ਦੀ ਭਾਸ਼ਾ ਸਮਝ ਆਉਂਦੀ ਆ, ਤਾਂ ਉਹ ਡਰਦੀ ਆ ਵੀ ਮੈਨੂੰ ਕਿਤੇ ਉਹਨੂੰ ਦੱਸਿਆ ਗਿਆ ਸੀ ਨਿੱਕੀ ਹੁੰਦੀ ਨੂੰ ਦੱਸਣਾ ਨਹੀਂ ਵੀ ਤੈਨੂੰ ਨਾ ਮੈਨੂੰ ਲੂਹ ਦੇਣਾ, ਇਹਨਾਂ ਨੇ ਮਾਰ ਦੇਣਾ ਸਟੇਕ 'ਤੇ ਲਾ ਕੇ। ਉਹ ਦੱਸਣਾ ਸੀ ਪਰ ਬਹੁਤ ਗਿਆ। ਉਹ ਕਹਿੰਦੇ ਆ ਦੇਖੋ ਜੀ ਮੁੰਦੀ ਮੈਨੂੰ ਦਿਸੀ ਸੀ, ਮੈਂ ਬਾਹਰ ਗਈ ਸੀ ਸੈਰ ਕਰਨ, ਉਹਦੇ ਬੰਦੇ ਮੁੰਦੀ ਸੀ, ਮੁੰਦੀ ਲਾਉਂਦੀ ਸੀ, ਇਹ ਕਰੋੜਾਂ ਦੀ ਮੁੰਦੀ ਆ। ਉਹ ਮੰਤਰੀ ਕਹਿੰਦਾ ਮੁੰਜੀ ਫੜੀ, ਕਹਿੰਦਾ ਮਹਾਰਾਜ ਬਿਲਕੁਲ ਝੂਠ, ਕਹਿੰਦਾ ਇਹ ਮੁੰਦੀ ਨੂੰ ਮੈਂ ਪਛਾਣਦਾ, ਮੇਰੇ ਬਾਪ ਨੇ ਮੈਨੂੰ ਦਿਖਾ ਲਈ ਸੀ, ਇਹ ਮੁੰਦੀ ਤਾਂ ਕਹਿੰਦਾ ਤੁਹਾਡੀ ਦਾਦੀ ਦੀ ਆ, ਇਹਨੇ ਚੋਰੀ ਕੀਤੀ ਆ। ਰਾਜਾ ਹੋਰ ਭੁੜਕ ਪਿਆ, ਉਹ ਬਥੇਰਾ ਤਾੜਨੇ ਲਿਆ, ਪਰ ਉਹ ਕਹਿੰਦੇ ਨਹੀਂ, ਕਹਿੰਦੇ ਇੱਦਾਂ ਕਰੋ ਇਹਨੂੰ ਅੱਜ ਤੋਂ ਆਉਂਦੇ ਸੱਤਵੇਂ ਦਿਨ ਨੂੰ, ਹੈ ਨਾ, ਬਾਹਰ ਲੋਕਾਂ ਦੇ ਸਾਹਮਣੇ ਇਹਦਾ ਸਿਰ ਗਰਮ ਕਰ ਦਿਓ। ਉਹਨੂੰ ਚੱਕ ਜੇਲ੍ਹ 'ਚ ਮਾਰ ਦਿੱਤਾ, ਜੇਲ੍ਹ ਦੇ ਵਿੱਚ ਰੱਖ ਦਿੱਤਾ। ਉਹ ਸੀਗੀ ਬੜੀ ਰੱਬ ਦੀ ਪ੍ਰੇਮਣ, ਸਵੇਰ ਨੂੰ ਉੱਠਦੀ ਸੀ, ਰੱਬ ਦਾ ਨਾਂ ਲੈਂਦੀ ਸੀ, ਜਾਨਵਰ ਪੰਛੀ ਆ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੀ ਸੀ, ਦੁੱਖ ਸੁੱਖ ਸੁਣਦੀ ਸਾਰਿਆਂ ਦਾ। ਉਹਨੂੰ ਚੱਕ ਕੇ ਅੰਦਰ ਕਰ ਦਿੱਤਾ। ਦਿਨ ਲੰਘਦੇ ਗਏ, ਉਹਨੂੰ ਕੀ ਕੀਤਾ, ਜਿਹੜੇ ਉੱਥੇ ਕੰਮ ਕਰਦੇ ਸੀ ਨਾ, ਜਦੋਂ ਵੀ ਉਹਨਾਂ ਨੂੰ ਬਾਜ ਮਾਰੇ ਵੀ ਮੇਰੀ ਗੱਲ ਤਾਂ ਸੁਣ ਲਓ, ਕੋਈ ਲਾਗੇ ਨਾ ਆਵੇ ਵੀ ਕਿਤੇ ਸਾਨੂੰ ਨਾ ਖਾ ਲਵੇ, ਹੈ। ਕਰਦੇ ਕਰਦੇ ਇੱਕ ਬੰਦਾ ਕੋਈ ਚੰਗਾ ਬਦਲ ਕੇ ਆਇਆ ਤਾਂ ਉਹਨੂੰ ਹੁਣ ਕਿਹਾ ਬਾਜ ਮਾਰੀ, ਉਹ ਚਲ ਗਿਆ। ਵੀ ਕਹਿੰਦੀ ਦੇਖ ਮੈਨੂੰ ਬੇਗੁਨਾਹ ਇੱਥੇ ਕੀਤਾ ਆ ਕੈਦ, ਮੈਨੂੰ ਮਾਰ ਦੇਣਾ ਇਹਨਾਂ ਨੇ, ਸਿਰ ਕਤਲ ਕਲਮ ਕਰਨਾ ਮੇਰਾ, ਵੀ ਤੂੰ ਮੇਰਾ ਇੱਕ ਸੁਨੇਹਾ ਮੈਂ ਮਹਾਰਾਜ ਨੂੰ ਦੇਣਾ, ਲੈ ਕੇ ਮੈਨੂੰ ਪੇਪਰ ਅਤੇ ਕਲਮ ਲਿਆ ਦੇ, ਮੈਂ ਲੈ ਦੇ ਉਹ ਮੇਰੇ ਮਹਾਰਾਜ ਨੂੰ ਪਹੁੰਚਾ ਦੇ। ਉਹਦੇ ਵਿੱਚ ਉਹਨੂੰ ਮਹਾਰਾਜ ਨੂੰ ਬੇਨਤੀ ਕੀਤੀ ਵੀ ਕਿਸੇ ਨੂੰ ਦੱਸਿਓ ਨਾ ਵੀ ਮੈਨੂੰ ਜਾਨਵਰ ਦੀ ਭਾਸ਼ਾ ਸਮਝ ਪੈਂਦੀ ਆ, ਵੀ ਆਹ ਗੱਲ ਸੀਗੀ। ਉਹਨੂੰ ਲੈ ਕੇ ਪਾਤਾ, ਉਹਨੂੰ ਵੀ ਪਹੁੰਚਾ ਦੇ। ਉਹ ਲੈਟਰ ਲੈ ਕੇ ਚਲੇ ਗਿਆ। ਜਦੋਂ ਗਿਆ ਮੋਹਰੇ ਮੰਤਰ ਪਿਆ ਮੰਤਰੀ, ਉਹਨੂੰ ਪੁੱਛਿਆ ਮਹਾਰਾਜ ਕਿੱਥੇ ਆ, ਕਹਿੰਦਾ ਮਹਾਰਾਜ ਤਾਂ ਅੰਦਰ ਆ, ਪਰ ਕੀ ਕੰਮ ਆ, ਕਹਿੰਦਾ ਜੀ ਆ ਮੈਂ ਲੈਟਰ ਦੇਣਾ ਉਹਨਾਂ ਨੂੰ। ਉਹ ਲੈਟਰ ਫੜ ਲਿਆ, ਕਹਿੰਦਾ ਮੈਂ ਦੇ ਦੇਣਾ। ਉਹ ਸਾਰੀ ਪੜ੍ਹੀ, ਉਹ ਪੇਪਰ ਪਾੜ ਸੱਟਿਆ। ਦੋ ਤਿੰਨ ਦਿਨ ਹੋਰ ਲੰਘ ਗਏ, ਹੁਣ ਅਖੀਰਲੀ ਰਾਤ ਆ ਗਈ, ਕਹਿੰਦਾ ਵੀ ਕੱਲ੍ਹ ਨੂੰ ਉਹਨਾਂ ਨੇ ਦੁਪਹਿਰੇ ਦਿਨ ਦੇ ਉਹਦਾ ਸਿਰ ਕਲਮ ਕਰਨਾ ਸੀ, ਸਾਰੀ ਦੁਨੀਆਂ ਨੂੰ ਸੱਦਾ ਦਿੱਤਾ ਸੀ। ਉਹ ਰਾਤ ਨੂੰ ਬੜੇ ਵਿਯੋਗ 'ਚ ਬੈਠੀ ਆ, ਅਤੇ ਰੱਬ ਨੂੰ ਫਿਰ ਦੱਸ ਕਹਿੰਦੇ ਮੈਨੂੰ ਹੋਰੇ ਮਾਰਦੀ ਆ ਵੀ ਮੈਂ ਤੇਰਾ ਕੀ ਖੁਆਇਆ, ਪਹਿਲਾਂ ਮੇਰੇ ਮਾਂ ਬਾਪ ਖੋਏ ਤਾਂ ਹੁਣ ਮੇਰੇ ਨਾਗ ਹੋਣ ਲੱਗਾ। ਉਹਨੂੰ ਇੱਕ ਜਾਨੂ ਜਿਹੜਾ ਬੰਦੇ ਖਾਣਾ ਪਾਣੀ ਦਿੰਦੇ ਜੇਲ੍ਹਾਂ 'ਚੋਂ ਬੰਦੇ ਆਏ, ਉਹਨੇ ਇੱਕ ਮਸਲਾਂ ਦੀ ਪਤਲੀ ਜਿਹੀ ਦਾਲ ਅਤੇ ਦੋ ਤਿੰਨ ਸੁੱਕੇ ਜਿਹੇ ਫੁਲਕੇ ਮੋਹਰੇ ਰੱਖੇ। ਹੁਣ ਚੱਕ ਲਿਆ, ਹੁਣ ਖਾਣ ਨੂੰ ਦਿਲ ਕਿੱਥੇ ਕਰਦਾ, ਹੁਣ ਥੋੜ੍ਹੀ ਜਿਹੀ ਦਾਲ ਜਿਹੜੀ ਸੀ ਪੀ ਲਈ, ਅਤੇ ਜਿਹੜੇ ਸੁੱਕੇ ਜਿਹੇ ਪ੍ਰਸ਼ਾਦੇ ਚੱਕ ਕੇ ਬਰੇ ਮਾਰੇ ਜੇਲ੍ਹ ਸੈੱਲ ਦੇ ਵਿੱਚ ਹੀ। ਤਾਂ ਥੋੜ੍ਹੇ ਉਹਨੂੰ ਕੀ ਥੋੜ੍ਹੇ ਟਾਈਮ ਨੂੰ ਕੀ ਹੁੰਦਾ, ਉਹ ਰੋਟੀਆਂ ਦਾ ਮਹਿਕ ਜਿਹਾ ਆਉਂਦਾ ਤਾਂ ਡੁੱਡ 'ਚੋਂ ਚੂਹਾ ਨਿਕਲ ਆਉਂਦਾ, ਉਹ ਚੂਹਾ ਆ ਕੇ ਸੁੱਕੀ ਰੋਟੀ ਖਾਣ ਲੱਗਦਾ, ਉਹਨੂੰ ਦੇਖਣ ਲੱਗਦੀ ਆ, ਜੋ ਦੇਖਿਆ ਚੁੱਪ ਕੇ ਬਹਿ ਜਾਂਦੀ ਆ। ਜਾਨ ਚੂਹੇ ਨੂੰ ਦੇਖਿਆ, ਅੱਖਾਂ ਹੀ ਅੱਖਾਂ ਵਿੱਚ ਉਹਨੂੰ ਗੱਲ ਕੀਤੀ, ਤਾਂ ਉਹਨੂੰ ਸਾਰੀ ਸਮਝ ਬਾਤ ਸਾਰੀ ਸਮਝਾ ਦਿੱਤੀ, ਉਹ ਗੱਲ ਸਮਝਦੀ ਸੀ ਨਾ ਦੂਜੇ ਜਾਨਵਰਾਂ ਦੀ। ਚੂਹੇ ਨੂੰ ਦੱਸਿਆ ਉਹਨੂੰ ਵੀ ਮੈਨੂੰ ਆਹ ਹਾਲ ਹੋਣ ਲੱਗਾ ਆ। ਉਹ ਕਹਿੰਦਾ ਹੁਣ ਫਿਰ ਤੈਨੂੰ ਕੱਢੀਏ ਇੱਥੇ ਕਿੱਦਾਂ, ਮੈਂ ਤਾਂ ਕੋਈ ਪੈਸੇ ਜੋਗਾ ਵੀ ਹੈ ਨਹੀਂ, ਬਾਹਰ ਘੋੜੇ ਹਾਥੀ ਹੈਗੇ ਉਹਨਾਂ ਇੱਥੇ ਉਹ ਆ ਨਹੀਂ ਸਕਦੇ।
ਉਹ ਕਹਿੰਦੀ ਦੇਖ ਹੁਣ ਜਿਹੜਾ ਮੇਰੀ ਜਾਨ ਤੇਰੇ ਹੱਥ ਵਿੱਚ ਵਾ ਵੀ ਤੂੰ ਕੁਛ ਕਰਨਾ। ਚੂਹਾ ਵੀ ਤਾਂ ਵੀ ਕਹਿੰਦਾ ਫਿਰ ਮੈਂ ਕਹਿੰਦਾ ਮਾਰਾ ਨਹੀਂ ਮੈਂ ਕਰਦਾ ਕੁਛ। ਉਹ ਉੱਥੋਂ ਬਾਹਰ ਨਿਕਲਿਆ ਉਹ ਦੇਖਣ ਲੱਗ ਪਿਆ ਜਿਹੜੇ ਸੰਤਰੀ ਜਾ ਨਾ ਤਕਿਤਕਾਲਾਂ ਪਈਆਂ ਸਾਰੇ ਘੁੱਟ ਘੁੱਟ ਲਾਉਣ ਲੱਗ ਪਏ ਬੋਤਲਾਂ ਪੀਣ ਡਿੱਗੇ ਪੀ ਡਿੱਗੇ ਕੋਈ ਇੱਥੇ ਕੋਈ ਲੰਮਾ ਪਿਆ ਕੋਈ ਇੱਥੇ ਲੰਮਾ ਪਿਆ ਕੋਈ ਉੱਥੇ ਲੰਮਾ ਪਿਆ। ਉਹ ਦੇਖਿਆ ਵੀ ਇੱਕ ਬੰਦੇ ਦੀ ਜੇਬ ਦੇ ਵਿੱਚ ਚਾਬੀਆਂ ਪਾਈਆਂ ਹੋਈਆਂ ਵੀ ਹੁਣ ਜੇਬਾਂ ਇਹ ਜੇਬ ਚਾਬੀ ਕੱਢਣੀ ਆ। ਹੁਣ ਜਦੋਂ ਗਿਆ ਜੇ ਉਹ ਜਾਂਦਾ ਤਾਂ ਚੜ੍ਹ ਕੇ ਚਾਬੀ ਨਹੀਂ ਨਿਕਲਦੀ। ਉਹ ਘਲਾਉਣ ਡਿਆ ਇੱਦਾਂ ਬੰਦਾ ਬੈਠਾ ਚਾਬੀ ਨਿਕਲਦੀ ਹੁੰਦੀ ਹੁਣ ਕਿੱਦਾਂ ਕੱਢਦਾ ਚਾਬੀ ਇਹਦੇ ਜੇਬ 'ਚੋਂ। ਅਤੇ ਹੁਣ ਤਕਲੀਫ ਸੁੱਝੀ ਉਹ ਮਲਕ ਮਲਕ ਉਹਦੀ ਲਾਗੇ ਚੜ੍ਹਿਆ ਉੱਥੇ ਜਾ ਕੇ ਪਿਸ਼ਾਬ ਕਰ ਦਿੱਤਾ ਉਹਦੀ ਜੇਬ 'ਤੇ ਅਤੇ ਪਿਸ਼ਾਬ ਕੀਤਾ ਉਹਨੂੰ ਗਿੱਲਾ ਗਿੱਲਾ ਉੱਠਿਆ ਆਪ ਦੌੜ ਗਿਆ ਤਾਂ ਬੰਦੇ ਨੂੰ ਜਾ ਗਈ ਉਹ ਕਿਹਾ ਕੀ ਫਿਰ ਗਿੱਲਾ ਗੱਲਾਂ ਉਹਨੇ ਦੇਖ ਗਿੱਲਾ ਜਿਹਾ ਹੋ ਗਿਆ ਸਾਰਾ ਕੁਛ। ਹੁਣ ਚਾਬੀਆਂ ਕੱਢੀਆਂ ਤਾਂ ਉੱਥੇ ਟਿਸ਼ੂ ਲੈ ਟੇਬਲ 'ਚ ਉੱਤੇ ਰੱਖ ਦਿੱਤੀਆਂ ਤਾਂ ਆਪ ਐਸ ਵਾਕ ਕਰਨ ਤੋਂ ਪਾਣੀ ਦਾ ਧੋਣ ਨੂੰ ਚੱਲ ਗਿਆ ਵੀ ਆ ਕੀ ਹੋਇਆ ਚੂਹੇ ਦਾ ਸੂਤ ਆ ਗਿਆ। ਹੁਣ ਟਾਬੀ ਚਾਬੀਆਂ ਚੱਕ ਲਈਆਂ ਉੱਥੋਂ ਜਦੋਂ ਚਾਬੀਆਂ ਚੱਕੀਆਂ ਤਾਂ ਉਹ ਅੰਦਰ ਵੜ ਗਿਆ ਰਾਣੀ ਨੂੰ ਚਾਬੀਆਂ ਫੜਾਤੀਆਂ ਉਹਨੂੰ ਕੁੜੀ ਨੂੰ ਹੈਨਾ। ਉਹ ਕੁੜੀ ਨੇ ਕੀ ਕੀਤਾ ਇੱਕ ਤੌਲਾਈ ਜਿਹੀ ਸੀ ਇੱਕ ਰਜਾਈ ਜਿਹੀ ਸੀ ਇੱਕ ਚਾਦਰ ਜਿਹੀ ਸੀ ਉਹਨੂੰ ਇੱਕ ਰਜਾਈ ਥੱਲੇ ਵਿਛਾ ਕੇ ਦੂਜੀ ਇਕੱਠੀ ਕਰਕੇ ਉੱਤੇ ਬਣਾ ਕੇ ਨਾ ਬਣਾ ਤਾ ਵੀ ਮੈਂ ਇਸਦੇ ਅੰਦਰ ਪਈ ਹਾਂ। ਆਪ ਉਹ ਚੂਹੇ ਨਾਲ ਨਾਲ ਬਾਹਰ ਨਿਕਲ ਗਏ ਬਚਦੇ ਪਕਾਉਂਦੇ ਬਚਦੇ ਪਕਾਉਂਦੇ ਉਹ ਤਬੇਲੇ ਝਾੜ ਪਹੁੰਚੇ ਜਿੱਥੇ ਘੋੜੇ ਸੀ ਤਾਂ ਰਾਜੇ ਦੇ ਹੱਥ ਹੀ ਸੀ ਉਹਨੂੰ ਉੱਥੇ ਜਾ ਕੇ ਸਾਰੀ ਗੱਲ ਦੱਸ ਦਿੱਤੀ। ਉਹ ਸਾਰੇ ਗੱਲਾਂ ਸਮਝਦੇ ਸੀ ਉਹਦੀਆਂ ਉਹ ਸਾਰੇ ਇਕੱਠੇ ਹੋ ਗਏ ਵੀ ਚਲੋ ਇੱਦਾਂ ਕਰੋ ਵੀ ਹੁਣ ਫਿਰ ਇਹ ਤਾਂ ਹੋ ਨਹੀਂ ਸਕਦਾ ਵੀ ਤੁਹਾਨੂੰ ਇਸ ਵੇਲੇ ਨੂੰ ਮਾਰ ਦੇਣ ਵੀ ਆਪਾਂ ਸਾਰੇ ਜਾਣੇ ਤਬੇਲੇ ਤੋੜ ਕੇ ਬਾਹਰ ਨਿਕਲ ਚੱਲੋ ਜੰਗਲ ਤੋੜ ਚੱਲੀਏ। ਉਹਨਾਂ ਨੇ ਜਿਹੜੀ ਦੂਜੀ ਸੀ ਆਪਾਂ ਰਾਣੀ ਕਹਿ ਲਓ ਜੋ ਮਰਜ਼ੀ ਕਹਿ ਲਓ ਉਹ ਰਾਣੀ ਉਹ ਘੋੜੇ 'ਤੇ ਬਹਿ ਗਈ ਦੂਜੇ ਹਾਥੀ ਨੇ ਮਾਰਿਆ ਸਿਰ ਮਾਰਿਆ ਕੰਧ ਢਾ ਗਿਆ ਉਹ ਮਾਰੀ ਤਾਂ ਅੱਧੀ ਰਾਤ ਨੂੰ ਸਾਰੇ ਨਿਕਲ ਗਿਆ ਉੱਥੋਂ ਤਾਂ ਜੰਗਲ ਨੂੰ ਚੱਲ ਗਿਆ। ਉਹਨੂੰ ਪਤਾ ਸੀ ਵੀ ਜੰਗਲ ਨੂੰ ਚੱਲ ਗਿਆ ਹੈ ਤੂੰ ਜੰਗਲ ਨੂੰ ਚੱਲ ਗਿਆ ਹੈ। ਇੱਧਰ ਸਵੇਰਾ ਹੋਇਆ ਜਦੋਂ ਦੇਖਿਆ ਇਹ ਵੀ ਉਹ ਤਾਂ ਕੁੜੀ ਹੈ ਨਹੀਂ ਇੱਥੇ ਇਕੱਲੀ ਉਹ ਹੀ ਨਹੀਂ ਗਈ ਹਾਥੀ ਘੋੜੇ ਵੀ ਹੈ ਨਹੀਂ ਉਹ ਵੀ ਚੱਲ ਗਏ। ਉਹ ਕਹਿੰਦਾ ਲੱਭੋ ਲੱਭਣੀ ਲੱਭਣ ਕਿੱਥੇ ਸੀ ਕੋਈ ਪੈੜਾ ਲੱਭੇਗਾ ਕਿਸੇ ਪਾਸੇ ਨੂੰ ਜਾਵੇ ਕੋਈ ਦੌੜੇ ਕੋਈ ਉਹ ਮਨ ਦੂਜੇ ਲਿਆਉਂਦੇ ਜਿਹੜੇ ਹੁੰਦੇ ਆ ਉਹ ਕੀ ਜੋਥੀ ਜੂਥੀ ਲਿਆਉਂਦੇ ਉਹ ਕੋਈ ਕੁਛ ਕਵੇ ਕੋਈ ਕੁਛ ਕਵੇ ਲੱਭਣੀ ਕਿੱਥੋਂ ਸੀ ਉਹ ਚੱਲ ਗਏ। ਹੁਣ ਇੱਧਰੋਂ ਉਹ ਨਿਕਲੇ ਤਾਂ ਜਿੱਥੇ ਉਹ ਰਹਿੰਦੀ ਸੀ ਸਾਰੇ ਜਾਨਵਰ ਘੋੜੇ ਹਾਥੀ ਉੱਥੇ ਚੱਲ ਗਏ। ਉੱਧਰ ਦੂਜੇ ਦਿਨ ਉੱਧਰ ਜਾਗ ਆਈ ਉਹ ਨਹੀਂ ਕੁਛ ਲੱਭਾ ਤਾਂ ਜਿਹੜੇ ਬੰਦੇ ਸੀ ਕਰਮਚਾਰੀ ਰਾਜੇ ਨੂੰ ਸਜ਼ਾਵਾਂ ਦਿੱਤੀਆਂ ਜੇਲ੍ਹ 'ਚ ਮਾਰੋ ਚੱਕ ਕੇ ਇਹਨਾਂ ਨੂੰ ਇਹਨਾਂ ਦੇ ਨਲਾਇਕੀ ਸੀਗੀ ਹੈਨਾ। ਉਹ ਕਹਿੰਦਾ ਜੇ ਨਾ ਲੱਭੀਆਂ ਤਾਂ ਸਿਰ ਤੁਹਾਡੇ ਕਲਮ ਕਰਨੇ ਹੋ ਠੀਕ ਆ। ਅਤੇ ਫਿਰ ਕੀ ਹੁੰਦਾ ਆ ਥੋੜ੍ਹੇ ਦਿਨ ਹੋਰ ਲੰਘਦੇ ਆ ਤਾਂ ਕਹਿੰਦੇ ਇੱਕ ਪੰਛੀ ਆਉਂਦਾ ਉਹ ਦੱਸਦਾ ਕਿ ਜਿਹੜਾ ਤੇਰਾ ਹਸਬੈਂਡ ਆ ਤੇਰਾ ਮਹਾਰਾਜ ਸੀ ਉਹਦੇ ਉੱਤੇ ਹਮਲਾ ਹੋਣ ਲੱਗਾ ਵੀ ਗੁਆਂਢੀ ਰਾਜੇ ਉਹਦੇ ਉੱਤੇ ਚੜ੍ਹ ਕੇ ਆਉਣ ਲੱਗੇ ਆ ਉਹਨੂੰ ਉਹਨੂੰ ਮਾਰ ਦੇਣਾ। ਉਹਨੂੰ ਫਿਰ ਦੱਸਿਆ ਵੀ ਜਿਹੜੇ ਬਾਦਸ਼ਾਹ ਦੇ ਦੋ ਨਿਆਣੇ ਆ ਉਹ ਵੀ ਉਹਨਾਂ ਦੀ ਜੇਲ੍ਹ 'ਚੋਂ ਆ ਦੂਜੇ ਮੰਤਰੀ ਨੇ ਰਲ ਕੇ ਉਹ ਰਾਜੇ ਜੋ ਦੂਜਾ ਰਾਤ ਨੂੰ ਗਿਆ ਸੀ ਲੁਕਾਉਂਦਾ ਫਿਰਦਾ ਸੀ ਇਹ ਕੰਮ ਕਰਦਾ ਹੁੰਦਾ ਸੀ ਉਹਦੇ ਰਾਜੇ ਰਾਜੇ ਦੇ ਪੁੱਤ ਜਿਹੜੇ ਸੀ ਉਹ ਦੂਜੇ ਰਾਜੇ ਨੇ ਜੇਲ੍ਹ 'ਚ ਪਾਤੇ ਆ ਉੱਥੇ ਆ। ਉਹਨਾਂ ਨੇ ਫੌਜ ਲੈ ਕੇ ਆ ਰਹੇ ਬਹੁਤ ਜਲਦ ਅਤੇ ਉਹਨਾਂ ਰਾਜੇ ਦਾ ਰਾਜ ਰਾਜੇ ਨੂੰ ਮਾਰ ਦੇਣਾ ਜਾਂ ਫੜ ਲੈਣਾ ਭੋਗ ਭਰ ਦੇਣਾ। ਹੁਣ ਉਹ ਰਾਜੇ ਨੂੰ ਪਿਆਰ ਕਰਦੀ ਸੀ ਉਹ ਸੱਚੀ ਨੇਕ ਪੂੜੀ ਸੀ ਵੀ ਹੁਣ ਕੀ ਕਰੀਏ ਉਹ ਸਾਰੇ ਕਹਿੰਦੇ ਵੀ ਹੁਣ ਆਪਾਂ ਕਿੱਦਾਂ ਕਰੀਏ। ਉਹ ਕਹਿੰਦੇ ਵੀ ਇੱਦਾਂ ਕਰੋ ਸਾਰੇ ਪਸ਼ੂ ਪੰਛੀ ਜੋ ਵੀ ਜੰਗਲ ਦੇ ਜਾਨਵਰ ਹੈਗੇ ਆ ਸਾਰੇ ਇਕੱਠੇ ਕਰੋ ਆਪਾਂ ਚੱਲ ਕੇ ਰਾਜੇ ਦੀ ਹੈਲਪ ਕਰਦੇ ਹਾਂ ਨਾਲੇ ਉਹਨੂੰ ਸੱਚ ਦੱਸ ਦੇਵਾਂਗੇ ਸਾਰਾ ਕੁਛ।
ਉਧਰੋਂ ਮੰਤਰੀ ਨੇ ਜਿੱਦਾਂ ਸਲਾਹ ਬਣਾਈ ਸੀ, ਰਾਜੇ ਆ ਗਏ ਕਰਦੇ ਕਰਦੇ, ਜਾਨੂ ਜਿਹੜੇ ਰਾਜੇ ਦੇ ਜਸੂਸ ਸੀਗੇ ਉਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ, ਮਹਾਰਾਜ ਆਪਣੇ ਉੱਤੇ ਹਮਲਾ ਹੋ ਰਿਹਾ। ਰਾਜੇ ਨੇ ਫੌਜ ਫੁਲ ਇਕੱਠੀ ਕੀਤੀ, ਜਿਹੜੀ ਫੌਜ ਇਕੱਠੀ ਕੀਤੀ ਅੱਧਿਓਂ ਜ਼ਿਆਦੀ ਪਹਿਲਾਂ ਦੂਜੇ ਪਾਸੇ ਲੜੀ ਹੋਈ ਸੀ, ਤੂੰ ਉਹਨੇ ਚੱਕੇ ਰਾਜੇ ਨੂੰ ਫੜ ਲਿਆ, ਰਾਜੇ ਨੂੰ ਫੜ ਕੇ ਤੂੰ ਜੇਲ੍ਹ 'ਚ ਪਾ ਦਿੱਤਾ। ਅਤੇ ਲਾਲਾ ਨੂੰ ਲੱਗੇ ਸੀ, ਅਤੇ ਇੱਧਰੋਂ ਜਦੋਂ ਇਹਨਾਂ ਨੂੰ ਪਤਾ ਲੱਗਾ ਸੀ ਵੀ ਉਹ ਹਮਲਾ ਆ ਗਿਆ, ਇਹ ਵੀ ਖਬਰ ਪਹੁੰਚੀ ਪੰਛੀ ਨੇ ਦੇਤੀ ਜਾ ਕੇ ਵੀ ਉਹ ਰਾਜਾ ਵੀ ਜੇਲ੍ਹ 'ਚ ਪਾ ਦਿੱਤਾ। ਇਹ ਕਹਿੰਦੇ ਵੀ ਹੁਣ ਇੱਦਾਂ ਹੈ ਵੀ ਹੁਣ ਆਪਣੇ ਛੇਤੀ ਜਾਣਾ ਪੈਣਾ, ਕਿਤੇ ਰਾਜੇ ਨੂੰ ਮਾਰ ਨਾ ਦੇਣ। ਜਿੰਨੇ ਘੋੜੇ ਹਾਥੀ ਗਰਿੱਲੇ ਰੈਸ਼ ਬਗਿਆੜ ਸ਼ੇਰ ਜਿੰਨੇ ਵੀ ਜੰਗਲ ਦੇ ਸਾਰੇ ਉਹ ਸੁਨੇਹੇ ਭੇਜਦੇ, ਪੰਛੀ ਉੜ ਗਿਆ ਦੂਰ ਦੂਰ ਤੱਕ, ਸਾਰੇ ਤਾਂ ਸੁਨੇਹੇ ਭੇਜ ਦਿੱਤੇ ਵੀ ਚਲੋ ਚੱਲੀਏ, ਮਹਾਂ ਜੰਗ ਹੋਣ ਲੱਗਾ। ਉਹ ਆ ਗਏ, ਉੜ ਕੇ ਆ ਗਏ। ਜਦੋਂ ਇੱਧਰ ਰਾਜੇ ਦੀ ਫੌਜ ਆਈ, ਧੂੜਾਂ ਉੜਦੀਆਂ ਸੀ, ਉਹਨਾਂ ਦੇ ਪੰਛੀਆਂ ਨੇ ਪਹਿਲਾਂ ਦੱਸਤਾ ਵੀ ਇੱਧਰੋਂ ਧੂੜ ਆ ਰਹੀ, ਦਰੋਂ ਆਰਮੀ ਆ ਰਹੀ ਆ, ਉਹਨਾਂ ਨੇ ਜਾ ਕੇ ਹਮਲਾ ਕਰ ਦਿੱਤਾ। ਹੁਣ ਜਿਹੜੇ ਫੌਜੀ ਸੀ ਉਹ ਤਾਂ ਬੰਦਿਆਂ ਨਾਲ ਲੜਨ ਖਿੱਚੇ ਸੀ, ਉਹਨਾਂ ਨੂੰ ਕੀ ਪਤਾ ਵੀ ਸ਼ੇਰਾਂ ਨਾਲ ਕਿੱਦਾਂ ਲੜਨਾ ਜਾਂ ਹਾਥੀਆਂ ਨਾਲ ਕਿੱਦਾਂ ਲੜਨਾ। ਉਹ ਦੋ ਚਾਰ ਮਾਰੇ, ਬਾਕੀ ਤਾਂ ਸਾਰੇ ਛੱਡ ਕੇ ਦੌੜ ਗਏ, ਕੋਈ ਠਹਿਰਿਆ ਹੀ ਨਹੀਂ। ਉੱਥੇ ਉਹਨਾਂ ਮੰਤਰੀ ਦੇਖ ਲਿਆ, ਨਾਲ ਹੀ ਮੰਤਰੀ ਉਹਨਾਂ ਦੇ, ਉਹਨਾਂ ਨੇ ਜਾ ਕੇ ਸਾਰੀ ਫੌਜ ਦੀ ਫੌਜ ਸਾਰੀ ਆ ਗਈ, ਇੱਧਰੋਂ ਕੁੜੀ ਵੀ ਆ ਗਈ। ਫਿਰ ਉਹ ਮਹਾਰਾਜ ਦਰਬਾਰ 'ਚ ਪਹੁੰਚ ਗਈ, ਉਹਨੂੰ ਪੁੱਛਿਆ ਵੀ ਕਿੱਥੇ ਆ, ਜਾਨ ਬਣ ਦੱਸ ਦਿੱਤਾ ਵੀ ਇਸ ਜੇਲ੍ਹ 'ਚ ਇੱਥੇ ਇੱਥੇ ਬਿਠਾ ਲਿਆ ਉਹਨੂੰ, ਉਹ ਰਾਜੇ ਨੂੰ ਛੁਡਾਇਆ, ਫਿਰ ਉਹਨੂੰ ਸਾਰੀ ਕਹਾਣੀ ਦੱਸੀ। ਫਿਰ ਰਾਜੇ ਨੇ ਆਪਣੀ ਫੌਜ ਜਿਹੜੀ ਚੰਗੀ ਵਫ਼ਾਦਾਰ 'ਚ ਤਿਆਰ ਕੀਤੀ, ਉਦੋਂ ਜਿੰਨੇ ਵੀ ਛੇ ਸ਼ੂ ਸਾਰੇ ਤਿਆਰ ਕੀਤੇ, ਜਾ ਕੇ ਦੂਜੇ ਰਾਜੇ 'ਤੇ ਹਮਲਾ ਕੀਤਾ, ਹਮਲਾ ਕਰਕੇ ਆਪਣੇ ਪੁੱਤ ਛੁਡਾਏ, ਅਤੇ ਨਾਲੇ ਮੰਤਰੀ ਨੂੰ ਫੜ ਕੇ ਲਿਆਂਦਾ। ਉਹ ਕਹਿੰਦਾ ਰਾਜੇ ਨੂੰ ਤਾਂ ਮੈਂ ਮਾਫ਼ ਕਰ ਦਿੰਦਾ, ਕਿਉਂਕਿ ਰਾਜੇ ਇਹੀ ਕੰਮ ਕਰਦੇ ਆ, ਵੀ ਮੰਤਰੀ ਨੂੰ ਮਾਫ਼ ਨਹੀਂ ਕਰਨਾ, ਕਿਉਂਕਿ ਇਹਨੇ ਧੋਖਾ ਕੀਤਾ, ਮੇਰੇ ਦੋ ਪੁੱਤ ਗਵਾਏ, ਚਲੋ ਮਿਲ ਗਏ ਬਾਅਦ 'ਚ ਕੀਤੀ। ਉਹ ਕਹਿੰਦਾ ਹੁਣ ਇੱਦਾਂ ਆ, ਅੱਜ ਤੋਂ ਸੱਤਵੇਂ ਦਿਨ ਨੂੰ ਮੰਤਰੀ ਦਾ ਸਿਰ ਕਲਮ ਹੋਊਗਾ, ਉੱਧਰ ਨੂੰ ਵੀ ਸੱਤਵਾਂ ਦਿਨ ਹੋਇਆ, ਮੰਤਰੀ ਦਾ ਸਿਰ ਕਲਮ ਕਰ ਦਿੱਤਾ। ਕੁੜੀ ਜਿਹੜੀ ਸੀ ਰਾਜਾ ਰਾਣੀ ਬਣ ਕੇ ਉਹ ਰਹਿਣ ਲੱਗ ਪਏ, ਰਾਜਾ ਬਰਾਜ ਬੜਾ ਸੋਹਣਾ ਚੱਲਿਆ। ਇੰਨੀ ਬਾਤ ਆ ਬਈ, ਮੈਂ ਹੀ ਬਣਾਈ ਆ ਇਹ, ਤਾਂ ਮੈਂ ਬਣਾਈ ਹੌਲੀ ਹੌਲੀ, ਪਿਛਲੀ ਵੀਕ ਤਾਂ ਬਣਾਉਣ ਡਿਆ ਸੀ।